welcom to the online platform of max overseas ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੀਟੀ ਦੇ ਲਿਸਨਿੰਗ ਮੋਡਿਊਲ ਦੇ ਟਾਸਕ ਡਿਕਟੇਸ਼ਨ ਬਾਰੇ ਕਿਵੇਂ ਆਪਾਂ ਡਿਕਟੇਸ਼ਨ ਜੋ ਹੁੰਦੀਆਂ ਨੇ ਵੀ ਕਿਸ ਤਰ੍ਹਾਂ ਉਹਨੂੰ ਅਟੈਂਪਟ ਕਰਨਾ ਹੈ ਡਿਕਟੇਸ਼ਨਸ ਆਪਾਂ ਨੂੰ ਪਤਾ ਹੈ ਕਿ ਲਿਸਨਿੰਗ ਹੁੰਦੀਆਂ ਬਹੁਤ ਇੱਕ ਇੰਪੋਰਟੈਂਟ ਟਾਸਕ ਹੈਗਾ ਕਿਉਂਕਿ ਹਾਈਸਟ ਸਕੋਰ ਹੈਗੇ ਆ ਆਲਮੋਸਟ 43 44 ਅਰਾਊਂਡ ਆਲਓਵਰ ਸਕੋਰ ਹੁੰਦੇ ਨੇ ਆਪਣੇ ਡਿਕਟੇਸ਼ਨਸ ਦੇ ਠੀਕ ਹੈ ਰਿਪੀਟ ਸੈਂਟੈਂਸ ਤੋਂ ਬਾਅਦ ਜੇ ਕੋਈ ਮੋਸਟ ਇੰਪੋਰਟੈਂਟ ਟਾਸਕ ਹਾਈ ਸਕੋਰ ਅਚੀਵਰ ਹੈਗਾ ਤਾਂ ਉਹ ਆਪਣੇ ਡਿਕਟੇਸ਼ਨਸ ਨੇ ਠੀਕ ਹੈ ਡਿਕਟੇਸ਼ਨਸ ਨੂੰ ਹੁਣ ਦੇਖਿਆ ਜਾਵੇ ਤਾਂ ਵੀ ਸਿੰਪਲ ਟਾਸਕ ਹੈ ਲਿਸਨਿੰਗ ਸੁਣੋ ਇੱਕ ਰਿਕਾਰਡਿੰਗ ਹੁੰਦੀ ਹੈ ਉਹਨੂੰ ਸੁਣਾ ਕੰਨਾ ਐਂਡ ਆਪਾਂ ਨੂੰ ਜਸਟ ਟਾਈਪ ਕਰਨਾ ਬਟ ਫੇਰ ਵੀ ਆਪਾਂ ਇਹਦੇ ਵਿੱਚ ਮਾਰ ਖਾਨੇ ਆ ਠੀਕ ਹੈ ਆਪਣੀ ਕੋਈ ਨਾ ਕੋਈ ਡਿਕਟੇਸ਼ਨ ਰਹਿ ਜਾਂਦੀ ਹੈ ਇਹਦੇ ਲਈ ਆਪਾਂ ਨੂੰ ਟਾਈਮ ਮੈਨੇਜ ਕਰਨਾ ਆਉਣਾ ਚਾਹੀਦਾ ਥਰੂਆਊਟ ਦ ਲਿਸਨਿੰਗ ਠੀਕ ਹੈ ਤਾਂ ਉਸ ਨੂੰ ਤੁਸੀਂ ਟਾਈਮ ਨੂੰ ਕਿਵੇਂ ਮੈਨੇਜ ਕਰਨਾ ਇਸ ਦੇ ਉੱਤੇ ਆਪਾਂ ਆਲਰੇਡੀ ਇੱਕ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਥੋਨੂੰ ਆਈ ਬਟਨ ਦੇ ਵਿੱਚ ਜਾ ਕੇ ਤੁਸੀਂ ਕਲਿੱਕ ਕਰਨਾ ਠੀਕ ਹੈ ਤੁਹਾਨੂੰ ਵੀਡੀਓ ਮਿਲ ਜੂਗੀ ਹੁਣ ਆਪਾਂ ਡਿਕਟੇਸ਼ਨ ਦੀ ਗੱਲ ਕਰੀਏ ਸਿੰਪਲੀ ਆਪਾਂ ਵੇਖਿਆ ਇਹ ਪਰ ਰਿਕਾਰਡਿੰਗ ਸੁਣੀ ਹੁਣ ਟਾਈਪ ਕਰਾ दैट्स ਸਿੰਪਲ ਬਟ ਫੇਰ ਵੀ ਪ੍ਰੈਕਟਿਸ ਮਾਸਟਰ ਹੈਗੀ ਇਸ ਚੀਜ਼ ਦੀ ਠੀਕ ਹੈ ਕਿਉਂਕਿ ਸਕੋਰਸ ਬਹੁਤ ਜ਼ਿਆਦਾ ਨਹੀਂ ਇਸਦੇ ਸਕੋਰਿੰਗ ਦੀ ਮੈਂ ਗੱਲ ਕਰਾਂ ਤਾਂ 1 ਫੋਰ ਈਚ ਠੀਕ ਹੈ 1 ਫੋਰ ਈਚ ਵਰਡ ਸਪੈਲਡ ਕਰੈਕਟਲੀ ਤੁਸੀਂ ਵਰਡ ਦੀ ਸਪੈਲਿੰਗ ਨੂੰ ਕਰੈਕਟ ਟਾਈਪ ਕਰਿਆ ਇੱਕ ਵਰਡ ਦਾ ਇੱਕ ਮਾਰਕਸ ਹੈ ਉਹ ਵਰਡ ਦੀ ਲੈਂਥ ਚਾਏ 5 ਅਲਫਾਬੈਟਸ ਦੀਏ ਚਾਏ 2 ਅਲਫਾਬੈਟਸ ਨੇ ਠੀਕ ਹੈ on and the ਐਜੂਕੇਸ਼ਨ ਵਟ ਏਵਰ ਦ ਲੈਂਥ ਆਫ ਵਟ ਆਫ ਦ ਅਲਫਾਬੈਟਸ ਆਰ ਇਨ ਦਟ ਵਰਡ ਠੀਕ ਹੈ ਜੇ ਤੁਸੀਂ ਸਪੈਲਿੰਗ ਉਹਦੀ ਕਰੈਕਟ ਕਰੀਆ ਕਰੈਕਟਲੀ ਲਿਖੀਆ ਠੀਕ ਹੈ ਤਾਂ ਇੱਕ ਨੰਬਰ ਤੁਹਾਨੂੰ ਇੱਕ ਵਰਡ ਦਾ ਮਿਲੇਗਾ ਠੀਕ ਹੈ ਇਹ ਤਾਂ ਹੋ ਗਈ ਸਕੋਰਿੰਗ ਵੀ ਕਿਵੇਂ ਮਿਲਦੇ ਨੇ ਕਿ ਅਕੋਰਡਿੰਗ ਨੰਬਰ ਮਿਲਦੇ ਨੇ ਹੁਣ ਮੈਂ ਮਾਰਕਸ ਡਿਸਟ੍ਰੀਬਿਊਸ਼ਨ ਦੀ ਗੱਲ ਕਰਾਂ ਤਾਂ ਆਪਣੇ ਲਿਸਨਿੰਗ ਐਂਡ ਰਾਈਟਿੰਗ ਦੋਨਾਂ 'ਚ ਰਹਿੰਦੇ ਨੇ ਕਿਉਂਕਿ ਆਪਾਂ ਟਾਈਪ ਉਹਨੂੰ ਰਾਈਟ ਕਰ ਰਹੇ ਹਾਂ ਤਾਂ ਰਾਈਟਿੰਗ ਦੇ ਵਿੱਚ ਵੀ ਆਪਣੇ ਮਾਰਕਸ ਜੋ ਹੈਗੇ ਆ ਐਡ ਹੋਣਗੇ ਕਿਦੇ ਡਿਕਟੇਸ਼ਨਸ ਦੇ ਜੇ ਤੁਸੀਂ ਜ਼ਿਆਦਾ ਸਪੈਲਿੰਗ ਮਿਸਟੇਕਸ ਕਰ ਦਿਓ ਠੀਕ ਹੈ ਡਿਕਟੇਸ਼ਨਸ ਦੇ ਵਿੱਚ ਤਾਂ ਚਾਂਸਸ ਹੈਗੇ ਕਿ ਤੁਹਾਡੇ ਰਾਈਟਿੰਗ ਦੇ ਵਿੱਚੋਂ ਮਾਰਕਸ ਘਟਣਗੇ ਕਿਉਂਕਿ ਇਹ ਤੁਹਾਨੂੰ ਪਤਾ ਹੈ ਕਿ ਪੀਡੀ ਦੇ ਵਿੱਚ ਮਾਰਕਸ ਸ਼ਫਲ ਹੁੰਦੇ ਨੇ ਠੀਕ ਹੈ ਰਾਈਟਿੰਗ ਦੇ ਖੁਦ ਦੇ ਤਾਂ अराउंड 20 2 3 ਮਾਰਕਸ ਹੀ ਹੁੰਦੇ ਨੇ ਠੀਕ ਹੈ ਉਹ ਵੀ ਐਸੇ ਐਂਡ ਸਮਰਾਇਜ਼ ਸਪੋਕਨ ਦੇ ਬਟ ਤੁਸੀਂ ਡਿਕਟੇਸ਼ਨਸ ਦੇ ਕਾਫੀ ਜ਼ਿਆਦਾ ਮਾਰਕਸ ਜੋ ਐਡ ਹੁੰਦੇ ਨੇ ਕਿਦੇ ਵਿੱਚ ਰਾਈਟਿੰਗ ਦੇ ਵਿੱਚ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਰੱਖਣਾ ਕਿ ਤੁਸੀਂ ਜੇ ਕੋਈ ਸਪੈਲਿੰਗ ਐਡ ਕਰ ਰਹੇ ਹੋ ਖੁਦ ਦੀ ਤਰਫ ਤੋਂ ਹੁੰਦਾ ਨਾ ਵੀ ਆਪਾਂ ਇਹ ਵੀ ਆਪਾਂ ਡਿਸਕਸ ਕਰ ਲੈਨੇ ਆ ਵੀ ਇੱਕ ਕੁਐਸਚਨ ਲੈਂਦਾ ਕਿ ਆਪਾਂ ਡਿਕਟੇਸ਼ਨਸ ਦੇ ਵਿੱਚ ਕਿੰਨੀ ਵਰਡ ਲਿਮਿਟ ਤੱਕ ਲਿਖ ਸਕਦੇ ਆ ਦੇਖੋ ਪਹਿਲਾਂ ਤਾਂ ਸਿੰਪਲ ਪੈਟਰਨ ਦੀ ਗੱਲ ਕਰ ਲੈਨੇ ਆ ਡਿਕਟੇਸ਼ਨ ਨੂੰ ਲਿਖਣਾ ਕਿਵੇਂ ਫਸਟ ਆਪਾਂ ਲਿਸਨਿੰਗ ਹੋਈ ਆਪਣੀ ਠੀਕ ਹੈ ਆਪਾਂ ਸੌਰੀ ਰਿਕਾਰਡਿੰਗ ਸੁਣੀ ਉਸ ਤੋਂ ਬਾਅਦ ਜਸਟ ਟਾਈਪ ਕਰ ਦੋ ਉਹਦੇ ਵਿੱਚ ਮੇਨ ਗੱਲ ਦਾ ਕੀ ਧਿਆਨ ਰੱਖਣਾ ਸਪੋਜ਼ ਦਿਸ ਹਾਊਸ ਇਜ਼ ਵੈਰੀ ਵੈਰੀ ਬਿਗ ਠੀਕ ਹੈ ਇਹ ਮੇਰੇ ਕੋਲ ਮੇਰੀ ਡਿਕਟੇਸ਼ਨ ਸੀਗੀ ਦਿਸ ਹਾਊਸ ਇਜ਼ ਵੈਰੀ ਬਿਕ ਠੀਕ ਹੈ ਇਹ ਹੁਣ ਇਹਦੇ ਵਿੱਚ ਡਿਕਟੇਸ਼ਨ ਕੋਈ ਵੀ ਡਿਕਟੇਸ਼ਨ ਨੂੰ ਟਾਈਪ ਕਰਦੇ ਵੇਕਤ ਦੋ ਮੇਨ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਫਰਸਟ ਵਰਡ ਹੈਗਾ ਉਹ ਦਾ ਜੋ ਫਰਸਟ ਅਲਫਾਬੈਟ ਹੋਊਗਾ ਉਹ ਕੈਪੀਟਲ ਦੇ ਵਿੱਚ ਹੋਣਾ ਚਾਹੀਦਾ ਠੀਕ ਹੈ ਫਰਸਟ ਵਰਡ ਦਾ ਫਰਸਟ ਲੈਟਰ ਕੀ ਕੈਪੀਟਲ ਹੋਣਾ ਚਾਹੀਦਾ ਐਂਡ ਐਂਡ ਦੇ ਵਿੱਚ ਪੁਨਸਟਾਪ ਇਹ ਇਹ ਦੋ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਸਪੋਜ਼ ਤੁਸੀਂ ਸਾਰੀ ਡਿਕਟੇਸ਼ਨ ਕਰੈਕਟ ਕਰਤੀ ਬਟ ਐਂਡ ਦੇ ਵਿੱਚ ਫੁੱਲ ਸਟਾਪ ਨਹੀਂ ਲਗਾਇਆ ਹੂੰ ਐਂਡ ਅਪੂਜਾ ਫਰਸਟ ਵਰਡ ਕੈਪੀਟਲ ਹੈ ਨਹੀਂ ਤਾਂ ਸਮਝ ਤੋਂ ਤੁਹਾਡੇ ਮਾਰਕਸ ਗਏ ਕਿਉਂਕਿ ਸਿੰਪਲ ਇੱਕ ਰੂਲ ਸੈਂਟੈਂਸ ਲਿਖ ਰਹੇ ਹੋ ਤੁਸੀਂ ਤਾਂ ਕਾਮਨ ਜੀ ਗੱਲ ਹੈ ਵੀ ਫਰਸਟ ਲੈਟਰ ਤਾਂ ਕੈਪੀਟਲ ਹੋਣਾ ਹੀ ਚਾਹੀਦਾ ਐਂਡ ਕਰ ਰਹੇ ਹੋ ਤਾਂ ਫੁੱਲ ਸਟਾਪ ਮਸਟ ਹੈ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈਗਾ ਦੋਨੀਆਂ ਚੀਜ਼ਾਂ ਦਾ ਠੀਕ ਹੈ ਨੈਕਸਟ ਹੁਣ ਇਹਦੇ ਵਿੱਚ ਆਪਾਂ ਕਿੰਨੇ ਵਰਡਸ ਪਾ ਸਕਦੇ ਹਾਂ ਇੱਕ ਤਾਂ ਦੇਖੋ ਜੇ ਤੁਹਾਨੂੰ ਲੱਗਦਾ ਕੋਈ ਪ੍ਰੋਪਰ ਨਾਉਨ ਆ ਗਿਆ ਪਹਿਲੀ ਗੱਲ ਤਾਂ ਡਿਕਟੇਸ਼ਨ ਦੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਜਿੰਨੇ ਚਾਹੇ ਵਰਡਸ ਲਿਖ ਸਕਦੇ ਹੋ ਦੂਜੀ ਗੱਲ ਅੱਗੇ ਪਿੱਛੇ ਵੀ ਲਿਖ ਦੋ ਸ਼ਫਲਿੰਗ ਹੋ ਸਕਦੀ ਹੈ ਵਰਡਸ ਦੀ No problem ਠੀਕ ਹੈ ਸਪੋਜ਼ ਆਈ ਮੇਰਾ ਸੈਂਟੈਂਸ ਸੀ ਮੈਂ ਪਹਿਲਾਂ ਇੱਧਰ ਬਿਗ ਦ ਬਿਗ ਹਾਊਸ ਇਜ਼ ਵੈਰੀ ਕੁਝ ਵੀ ਲਿਖ ਦਿੰਦੀ ਸ਼ਫਲ ਕਰ ਦਿੰਦੀ ਵਰਡਸ ਨੂੰ ਦੈਟਸ ਓਕੇ ਕੋਈ ਪ੍ਰੋਬਲਮ ਨਹੀਂ ਹੁੰਦੀ ਆਪ ਨੂੰ ਮਾਰਕਸ ਮਿਲਦੇ ਆਪ ਨੂੰ ਵਰਡਸ ਤੇ ਨੰਬਰ ਮਿਲਦੇ ਆ ਹਾਊਸ ਕਰੈਕਟ ਸਪੈਲ ਕਰਿਆ ਮੈਨੂੰ ਡਿਕਟੇਟ ਹੋਇਆ ਸੀ ਮੈਂ ਸੁਣ ਕੇ ਸਹੀ ਲਿਖਤਾ ਮੈਨੂੰ ਨੰਬਰ ਮਿਲੂਗਾ ਮੈਂ ਇੱਥੇ ਲਿਖਾਂ ਇੱਥੇ ਲਿਖਿਆ ਤੇ ਲਿਖਾਂ ਬਸ ਧਿਆਨ ਰੱਖਣਾ ਕਿ ਜੇ ਮੈਂ ਹਾਊਸ ਫਸਟ ਵਿੱਚ ਫਸਟ ਨੰਬਰ ਤੇ ਲਿਖਦੀ ਆ ਤਾਂ ਐਚ ਮੇਰਾ ਕੈਪੀਟਲ ਹੋਣਾ ਚ ਠੀਕ ਹੈ ਐਂਡ ਤੇ ਫੁੱਲ ਸਟਾਪ ਹੋਣਾ ਚਾਹੀਦਾ ਤਾਂ ਹੁਣ ਦੇਖੋ ਤੁਸੀਂ ਵਰਡਸ ਤਾਂ ਕਿੰਨੇ ਵੀ ਪਾ ਸਕਦੇ ਹੋ ਬਟ ਇੱਕ ਚੀਜ਼ ਦਾ ਹੋਰ ਧਿਆਨ ਰੱਖੋ ਕਿ ਦੇਖੋ ਪਹਿਲੀ ਗੱਲ ਵੀ ਸ਼ਫਲਿੰਗ ਹੋ ਸਕਦੀ ਹੈ ਤਾਂ ਉਹ ਕੋਈ ਚੱਕਰ ਨਹੀਂ ਹੈਗਾ ਆ ਦੋ ਰੂਲ ਹੋਗੇ ਠੀਕ ਹੈ ਉਸ ਵੇਲੇ ਜਿੰਨੇ ਵੀ ਵਰਡਸ ਤੁਸੀਂ ਲਿਖ ਰਹੇ ਹੋਗੇ ਧਿਆਨ ਰੱਖੋ ਵੀ ਤੁਸੀਂ ਐਡ ਆਨ ਕਰਦੇ ਹੋ ਆਪਣੀ ਤਰਫ ਤੋਂ ਤਾਂ ਉਹਨਾਂ ਦੀ ਸਪੈਲਿੰਗ ਕਰੈਕਟ ਹੋਣੀ ਚਾਹੀਦੀ ਹੈ ਜੇ ਕੋਈ ਪ੍ਰੋਪਰ ਨਾਉਨ ਹੈਗਾ ਕਿਸੇ ਦਾ ਨੇਮ ਆ ਗਿਆ ਕਿਸੇ ਸਿਟੀ ਦਾ ਨੇਮ ਆ ਗਿਆ ਕੋਈ ਵੀ ਨੇਮ ਆ ਗਿਆ ਹਨਾ ਤਾਂ ਪ੍ਰੋਪਰ ਨਾਉਨ ਦਾ ਆਪਾਂ ਨੂੰ ਪਤਾ ਹੈ ਵੀ ਫਰਸਟ ਵਰਡ ਕੈਪੀਟਲ ਹੀ ਹੁੰਦਾ ਤਾਂ ਉਹ ਚਾਹ ਮਿਡ ਵਿੱਚ ਆ ਜੇ ਫਰਸਟ ਤੇ ਆ ਜੇ ਉਹ ਤਾਂ ਫਰਸਟ ਸਪੋਜ਼ ਕੋਈ ਇੱਥੇ ਨਾਮ ਆ ਜਾਂਦਾ ਸਪੋਜ਼ ਇੱਥੇ ਨਾਮ ਆ ਜਾਂਦਾ ਵਾਟੇਵਰ ਕੋਈ ਕੋਈ ਸਿਰ ਪਰਸਨ ਦਾ ਨੇਮ ਆ ਜਾਂਦਾ ਠੀਕ ਹੈ ਰਾਈਟ ਤਾਂ ਹੁਣ ਆਪਾਂ ਨੂੰ ਪਤਾ ਹੈ ਕਿ ਨੋਨ ਪਰਸਨਲਟੀ ਦਾ ਨੇਮ ਪਰਸਨ ਹੈਗਾ ਜਿਹੜਾ ਹੁਣ ਉਹਦਾ ਫਰਸਟ ਲੈਟਰ ਕੀ ਹੋਊਗਾ ਕੈਪੀਟਲ ਹੀ ਆਊਗਾ ਠੀਕ ਹੈ ਕੋਈ ਵੀ ਪਰਸਨਲਟੀ ਲਗਾ ਲਓ ਸਪੋਜ਼ ਇੱਥੇ ਆਪਣੇ ਆਂਦੀ ਮਦਰ ਟੇਰੇਸਾ ਦਾ ਆ ਜਾਂਦਾ ਜਾਂ ਜਿਵੇਂ ਕੋਈ ਨਰਿੰਦਰ ਮੋਦੀ ਦਾ ਆ ਜਾਂਦਾ ਠੀਕ ਹੈ ਵਾਟੇਵਰ ਨੇਮ ਕੋਈ ਵੀ ਪ੍ਰੋਪਰ ਨੇਮ ਹੈਗਾ ਪ੍ਰੋਪਰ ਨਾਉਨ ਸੌਰੀ ਹੋ ਤਾਂ ਉਹਦਾ ਫਰਸਟ ਪਲੇਸ ਦਾ ਨੇਮ ਆ ਗਿਆ ਕਿਸੇ ਦਾ ਠੀਕ ਹੈ ਸਿਟੀ ਦਾ ਨੇਮ ਆ ਗਿਆ ਤਾਂ ਆਪਾਂ ਨੂੰ ਪਤਾ ਹੈ ਵੀ ਨਾਉਨ ਹੈਗਾ ਪ੍ਰੋਪਰ ਤੇ ਇਹਦਾ ਫਰਸਟ ਵਰਡ ਕੈਪੀਟਲ ਆਊਗਾ ਉਹ ਚੀਜ਼ ਦਾ ਰੂਲ ਦਾ ਧਿਆਨ ਰੱਖ ਫੇਰ ਵੀ ਤੁਹਾਨੂੰ ਡਾਊਟ ਹੈਗਾ ਵੀ ਮੈਂ ਕੈਪੀਪੀਟਲ ਲਿਖਾਂ ਜਾਂ ਨਾਲ ਲਿਖਾਂ ਉਹ ਵੀ ਇੱਕ ਆਪਣੇ ਕੋਲ ਸੋਲੂਸ਼ਨ ਹੈਗਾ ਵੀ ਸੁਪੋਜ਼ ਬਠਿੰਡਾ ਸਿਟੀ ਦੇ ਨੇਮ ਆ ਗਿਆ ਆਪਾਂ ਫੋਰ ਐਗਜ਼ਾਮਪਲ ਲੈ ਰਹੇ ਹਣਾ ਤਾਂ ਤੁਸੀਂ ਕੀ ਕਰਨਾ ਕੈਪੀਟਲ ਵੀ ਲਿਖ ਦਿਓ ਸਮਾਲ ਵੀ ਲਿਖ ਦਿਓ ਐਕਸਟਰਾ ਵਰਡ ਤਾਂ ਆਪਾਂ ਲਿਖ ਹੀ ਸਕਦੇ ਹਾਂ ਇੱਕ ਵਾਰੀ ਵੀ ਕੈਪੀਟਲ ਚ ਲਿਖ ਦਿਓ ਇੱਕ ਵਾਰੀ ਵੀ ਸਮਾਲ ਜੋ ਕਰੈਕਟ ਹੋਇਆ ਥੋੜਾ ਪਿਕ ਹੋ ਜੀ ਸਪੈਲਿੰਗ ਮਿਸਟੇਕ ਨਹੀਂ ਹੋਣੀ ਚਾਹੀਦੀ ਡਿਕਟੇਸ਼ਨ ਚ ਬਸ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੁਣ ਆਪਾਂ ਇਹਦੀ ਪ੍ਰੈਕਟਿਸ ਕਿੱਥੋਂ ਕਰਨੀ ਹੈ ਠੀਕ ਹੈ ਪ੍ਰੈਕਟਿਸ ਤੁਸੀਂ ਟਰਾਈ ਕਰਿਆ ਕਰੋ ਵੀ ਮੋਸਟਲੀ ਦੇਖਿਆ ਜਾਵੇ ਤਾਂ ਐਪ ਯੂਨੀ ਦੀਆਂ ਜੋ ਪ੍ਰੈਡਿਕਸ਼ਨਸ ਹੁੰਦੀਆਂ ਨੇ ਮੰਥਲੀ ਵੀਕਲੀ ਜਿਸ ਸੁਪੋਜ਼ ਯੋ ਤੁਹਾਡਾ ਐਗਜ਼ਾਮ ਹੈਗਾ ਆਪਣਾ ਮਾਰਚ ਮਹੀਨਾ ਚੱਲ ਰਿਹਾ ਹੈ ਨਾ ਮਾਰਚ ਚ ਹੈਗਾ ਤਾਂ ਤੁਹਾਨੂੰ ਮਾਰਚ ਆਂਡ ਫੈਬ ਦੋਵਾਂ ਦੀਆਂ ਡਿਕਟੇਸ਼ਨਸ ਪ੍ਰੋਪਰਲੀ ਆਉਣੀਆਂ ਚਾਹੀਦੀਆਂ ਪ੍ਰੈਡਿਕਸ਼ਨਸ ਜੋ ਹੈਗੀਆਂ ਐਪ ਯੂਨੀ ਤੇ ਦਿੱਤੀਆਂ ਹੁੰਦੀਆਂ ਵੀਕਲੀ ਆਂਡ ਮੰਥਲੀ ਨੂੰ ਪ੍ਰੋਪਰ ਬਹੁਤ ਜ਼ਿਆਦਾ 99% ਚਾਂਸ ਹੁੰਦੇ ਕਿ ਤੁਹਾਨੂੰ ਰਿਪੀਟਿਸ਼ਨ ਜੇ ਆਉਗੀ ਤਾਂ ਅਪੀ ਯੂਨੀ ਦੀ ਡਿਕਟੇਸ਼ਨ ਚੋ ਹੀ ਆਉਂਦੀ ਹੈ ਠੀਕ ਹੈ ਮੈਨੂੰ ਖੁਦ ਦੇ ਐਗਜ਼ਾਮ ਦੇ ਵਿੱਚ ਚਾਰੋ ਡਿਕਟੇਸ਼ਨਸ ਰਿਪੀਟ ਆਈਆਂ ਸੀ ਅਪੀ ਯੂਨੀ ਦੀਆਂ ਬਟ ਧਿਆਨ ਰੱਖੋ ਕਿ ਤੁਸੀਂ ਫਿੰਗਰ ਟਿਪਸ ਤੇ ਹੋਣੇ ਉਹਨਾਂ ਦੀ ਪ੍ਰੈਕਟਿਸ ਚੰਗੀ ਤਰ੍ਹਾਂ ਕਰੋ ਇਧਰ ਰੱਟਾ ਨਹੀਂ ਮਾਰਨਾ ਬਟ ਦੇਖੋ ਤੁਸੀਂ ਰੈਗੂਲਰ ਪ੍ਰੈਕਟਿਸ ਕਰ ਰਹੇ ਹੋ ਤੇ ਸੁਪੋਜ਼ ਨਹੀਂ ਵੀ ਰਿਪੀਟ ਹੋਈਆਂ ਐਟਲੀਸਟ ਦੀ ਪ੍ਰੈਕਟਿਸ ਤਾਂ ਹੋ ਰਹੀ ਹੈ ਨਾ ਡੇਲੀ ਬੇਸਿਸ ਤੇ ਜੇ ਆ ਗੀਆਂ ਤਾਂ ਫਿਰ ਦੇਖੋ ਬਹੁਤ ਚੰਗੀ ਗੱਲ ਹੈ ਹਨਾ ਤਾਂ ਫਿਰ ਧਿਆਨ ਰੱਖੋ ਵੀ ਪ੍ਰੈਕਟਿਸ ਉਹਨਾਂ ਦੀ ਕਰਿਆ ਕਰੋ ਡਿਕਟੇਸ਼ਨਸ ਐਟ ਲੀਸਟ ਆਪਣੇ 50 60 ਦਾ ਟਾਰਗੇਟ ਬਣਾ ਕੇ ਚੱਲੋ ਵੀ ਮੈਂ ਡੇਲੀ ਇੰਨੀ ਪ੍ਰੈਕਟਿਸ ਕਰਨੀ ਆ ਹੀ ਹੈ ਫਿਰ ਜਾ ਕੇ ਆਪਣੀਆਂ ਡਿਕਟੇਸ਼ਨਸ ਇੰਪਰੂਵ ਹੁੰਦੀਆਂ ਆ ਅਦਰਵਾਈਜ਼ ਤੁਸੀਂ ਜਿੰਨਾ ਮਰਜ਼ੀ ਕਰ ਲੋ ਨਹੀਂ ਹੁੰਦੀਆਂ ਐਗਜ਼ਾਮ ਦੇ ਵਿੱਚ ਆਪਣੇ ਕੋਲ ਵੈਸੀ ਟਾਈਮ ਕਟੂਨ ਦਾ ਲਾਸਟ ਕੁਐਸਚਨ ਹੁੰਦਾ ਇੰਪੋਰਟੈਂਟ ਹੁੰਦਾ ਲਿਸਨਿੰਗ ਦੇ ਵਿੱਚ ਵੈਸੀ ਟਾਈਮ ਦੀ ਪ੍ਰੋਬਲਮ ਹੁੰਦੀ ਆ ਤਾਂ ਪ੍ਰੈਕਟਿਸ ਤਾਂ ਜ਼ਰੂਰੀ ਹੈ ਟਾਈਪਿੰਗ ਦੀ ਵੀ ਹੋਣੀ ਚਾਹੀਦੀ ਲਿਸਨਿੰਗ ਵੀ ਇੰਪਰੂਵ ਕਰੋ ਆਪਣੀ ਠੀਕ ਹੈ ਤਾਂ ਕਿ ਤੁਸੀਂ ਡਿਕਟੇਸ਼ਨਸ 'ਚ ਵਧੀਆ ਸਕੋਰ ਲੈ ਸਕੋ ਕਿਉਂਕਿ ਇੱਕ ਡਿਕਟੇਸ਼ਨ ਤੇ ਵੀ ਆਪਣੇ ਕੋਲ ਡਿਕਟੇਸ਼ਨ ਸੀਗੀ ਤਾਂ 10 ਨੰਬਰ ਆਪਣੇ ਸਿੱਧੇ ਹੀ ਜਾਂਦੇ ਨੇ ਤੇ ਠੀਕ ਹੈ ਇਹਨਾਂ ਦੀ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਲਾਈਟਲੀ ਨਹੀਂ ਲੈ ਸਕਦੇ ਆਪਾਂ ਆਪਣੇ ਕੋਲ ਥੋੜੇ ਜਿਹਾ ਐਗਜ਼ਾਮਪਲ ਹੈਗਾ ਵੀ ਕਿਸ ਵਰਡਸ ਨੂੰ ਕਿਵੇਂ ਕਿਵੇਂ ਲਿਖਣਾ ਪਊ ਉਹ ਦੇਖ ਲੈਣੇ ਆ ਪਹਿਲਾਂ ਆਪਣੇ ਕੋਲ ਹੈਗਾ ਐਂਡ ਇੰਡਸਟਰੀ ਆਰ ਬਿਜ਼ਨਸ ਦਟ ਬਿਲਡਸ ਪ੍ਰੋਡਕਟਸ ਸਪੈਸ਼ਲੀ ਵਿਦ ਮਸ਼ੀਨਸ ਇਨ ਫੈਕਟਰੀਜ਼ ਫੁਲ ਸਟਾਪ ਹੁਣ ਦੇਖੋ ਫਰਸਟ ਵਰਡ ਕੈਪੀਟਲ ਐਂਡ ਲਾਸਟ ਤੇ ਫੁਲ ਫੁਲ ਸਟਾਪ ਹੋਣਾ ਚਾਹੀਦਾ ਹੁਣ ਇੱਕ ਹੋਰ ਕੇਸ ਵੀ ਆਪਾਂ ਨੂੰ ਐਸ ਨਹੀਂ ਹੁੰਦਾ ਜੇ ਤੁਹਾਨੂੰ ਡਾਊਟ ਹੁੰਦਾ ਲੱਗੇ ਐਸ ਲੱਗਿਆ ਵਰਡ ਦੇ ਪਿੱਛੇ ਨਹੀਂ ਲੱਗਿਆ ਥੋੜਾ ਆਪਣਾ ਸੈਂਟੈਂਸ ਦੇ ਅਕੋਰਡਿੰਗ ਜਜਮੈਂਟ ਹੋ ਜਾਂਦੀ ਹੈ ਹਨਾ ਤਾਂ ਦੋਨੋਂ ਲਿਖ ਦਿਆ ਕਰੋ ਕਿਉਂਕਿ ਦੇਖੋ ਜੇਰ ਆਪਾਂ ਫੋਰ ਮੋਡਿਊਲ ਦੇ ਵਿੱਚ ਹੈ ਵਟ ਏਵਰ ਮੋਡਿਊਲ ਦੇ ਵਿੱਚ ਤੁਸੀਂ ਟੈਸਟ ਦੇ ਰਹੇ ਹੋ ਉਹ ਸੌਫਟਵੇਅਰ ਤੇ ਇੱਕ ਲਿਮਿਟ ਹੋ ਜਾਂਦੀ ਹੈ ਉਸ ਤੋਂ ਬਾਅਦ ਐਕਸਟਰਾ ਵਰਡ ਆਪਾਂ ਨਹੀਂ ਪਾ ਸਕਦੇ ਮੌਕ ਟੈਸਟ ਦੇ ਵਿੱਚ ਬਟ ਇਨ ਯਰ ਫਾਈਨਲ ਐਗਜ਼ਾਮੀਨੇਸ਼ਨ ਯੂ ਕੈਨ ਰਾਈਟ अनलिमिटेड नंबर ऑफ वर्ड्स बट नहीं है ऐसे ही लिख देना होंगे है ना तो नहीं करना बट देखो जो तुम्हें लग रहा हूँ जमें मैंने आह वर्ड मैंने ऐसे इतने भी नहीं पता लगे इतने भी नहीं बट मैं डाउट है भी आऊगा नहीं आऊगा ठीक है तो मैं दोनों लिख दूंगी बिल्ड भी लिख दूंगी बिल्ड्स भी लिख दूंगी प्रोडक्ट भी लिख दूंगी प्रोडक्ट्स भी लिख दूंगी मेरी स्पैलिंग करैक्ट होनी चाहिए ਇਸਦੀ ਦਾ ਕਾਸਟ ਲਿਖਣਾ ਕੋਈ ਗ੍ਰਾਮਰ ਨਹੀਂ ਕੋਈ ਕੁਝ ਨਹੀਂ ਜਿੰਨੇ ਵਰਡ ਸੁਨੇ ਉਹਨੇ ਲਿਖ ਦੋ ਬਾਕੀ ਜਿਹੜੇ ਵਾਕਿਓ ਵਰਡ ਹੁੰਦੇ ਐਂਡ ਦਾ ਥਿਸ ਹੈਨਾ ਜੇ ਤੁਹਾਡੇ ਕੋਲ ਟਾਈਮ ਹੈ ਫਿਰ ਉਸ ਨੂੰ ਵੀ ਤੁਸੀਂ ਐਡ ਆਨ ਕਰ ਸਕਦੇ ਹੋ ਵਰਡਸ ਨੂੰ ਨੋ ਪ੍ਰੋਬਲਮ ਇੰਦਾ ਠੀਕ ਹੈ ਹੁਣ ਆਹਾ ਇੱਕ ਆਪਣੇ ਕੋਲ ਨੈਕਸਟ ਐਗਜ਼ਾਮਪਲ ਹੈਗਾ ਵੀ BMW ਇਸ ਮੈਨੂਫੈਕਚਰਿੰਗ ਅ ਨਿਊ ਰੇਂਜ ਆਫ ਇਲੈਕਟ੍ਰਿਕ ਕਾਰਸ ਟੂ ਰਿਡਿਊਸ 에ਅਰ ਪੋਲੂਸ਼ਨ ਹੁਣ ਕੋਈ ਆਪਣੇ ਕੋਲ ਇਦਾਂ ਦੀ ਫੁੱਲ ਫਾਰਮ ਆ ਜਾਏ ਸ਼ਾਰਟ ਫਾਰਮ ਆ ਜਾਏ ਕੋਈ ਵਰਡ ਹੈ ਨਾ ਤਾਂ ਹੁਣ BMW ਤਾਂ ਹੁਣ ਆਬਵੀਅਸ ਜੀ ਗੱਲ ਇਹ ਵੀ ਕੈਪੀਟਲ ਹੀ ਹੋਊਗਾ UK ਆ ਜਾਂਦਾ ਕਿ ਬਨਾਸਾ ਆ ਗਿਆ ਆਈਕਾ ਇਦਾਂ ਦੀਆਂ ਜੇ ਕੋਈ ਸੈਂਟੈਂਸ ਦੇ ਵਿੱਚ ਸ਼ਾਰਟ ਫਾਰਮਸ ਆ ਜਾਂਦੀਆਂ ਤਾਂ ਉਹਨਾਂ ਨੂੰ ਕੈਪੀਟਲ ਹੀ ਲਿਖਣਾ ਅਗੇ ਫੇਰ ਕਹੂੰਗੀ ਜੇ ਤੁਹਾਨੂੰ ਡਾਊਟ ਹੈ ਕੈਪੀਟਲ ਯਾ ਸਮਾਲ ਦਾ ਤੁਸੀਂ ਸਮਾਲ ਵੀ ਲਿਖ ਦਿਓ ਕੈਪੀਟਲ ਵੀ ਲਿਖ ਦਿਓ ਬਟ ਐਟ ਲੀਸਟ ਦੋਵਾਂ ਨੂੰ ਮੈਂਸ਼ਨ ਕਰ ਦਿਓ ਜੇ ਤੁਹਾਡੇ ਮਨ ਦੇ ਵਿੱਚ ਡਾਊਟ ਹੈ ਕਿਉਂਕਿ ਕਈ ਵਾਰ ਆਪਾਂ ਇਸ ਦੇ ਚੱਕਰ ਦੇ ਵਿੱਚ ਜੀ ਮੈਨੂੰ ਲੱਗਿਆ ਤਾਂ ਸੀਗਾ ਐ ਹੋਊਗਾ ਬਟ ਮੈਂ ਲਿਖਿਆ ਨਹੀਂ ਜੋ ਆਪਣੇ ਕੋਲ ਅਨਲਿਮਿਟਿਡ ਅਥਾਰਟੀ ਹੈਗੀ ਹੈ ਕਿ ਆਪਾਂ ਟਾਈਪ ਕਰ ਸਕਦੇ ਆ ਆਪਣੇ ਕੋਲ ਤਾਂ ਕਿਉਂ ਨਹੀਂ ਕਰਨਾ ਹੈ ਨਾ ਤਾ ਵੀ ਉਸ ਚੀਜ਼ਾਂ ਨੂੰ ਲਿਖ ਦਿਆ ਕਰੋ ਮਤਲਬ ਸਪੈਲਿੰਗ ਮਿਸਟੇਕ ਨਹੀਂ ਹੋਣੀ ਚਾਹੀਦੀ ਬਸ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈਗਾ ਆ ਮਸ਼ੀਨ ਔਰ ਡਿਵਾਈਸ दैट ਵਰਕਸ ਵਿਦਾਊਟ ਐਨ ਹਿਊਮਨ ਐਫਰਟ ਸਿੰਪਲ ਐਗਜ਼ਾਮਪਲ ਆ ਗਿਆ ਠੀਕ ਹੈ ਹੁਣ ਇਹਦੇ ਵਿੱਚ ਵੀ ਜਿੰਨੇ ਵਰਡਸ ਚੈੱਕ ਕਰੋਗੇ ਸੁਨਿਆ ਜਾਊਗਾ ਉਹਨਾਂ ਨੂੰ ਬਸ ਟਾਈਪ ਕਰ ਦੋ ਵੀ ਬੌਟ ਅ ਟੈਸਲਾ ਕਾਰ ਹੁਣ ਦੇਖੋ ਟੈਸਲਾ ਇੱਕ ਪ੍ਰੋਪਰ ਨਾਉਨ ਹੈਗਾ ਤਾਂ ਇੱਥੇ ਚਾਹੀਏ ਮੱਡ ਦੇ ਵਿੱਚ ਹੀ ਸੀ ਬਟ ਇਹਦਾ ਜੋ ਫਰਸਟ ਵਰਡ ਕੀ ਹੈ ਕੈਪੀਟਲ ਹੈ ਠੀਕ ਹੈ ਟੈਸਲਾ ਕਾਰ दैट ਡਰਾਈਵਸ ਆਟੋਮੈਟਿਕਲੀ ਯੂ ਆਟੋਮੈਟਿਕਲੀ ਡਰਾਈਵ ਕਰਦੀ ਟੈਸਲਾ ਕਾਰ ਹੁਣ ਇਹਦਾ ਆਪਾਂ ਕੀ ਟੀ ਸੀ ਕੈਪੀਟਲ ਠੀਕ ਹੈ ਫੇਰ ਵੀ ਜੇ ਤੁਹਾਨੂੰ ਡਾਊਟ ਹੈ ਤਾਂ ਟੀ স্মॉल ਪਾ ਕੇ ਵੀ ਨਾਅ ਐਡ ਆਨ ਕਰ ਦੋ ਬਟ ਪ੍ਰੋਪਰ ਨਾਉਨ ਦਾ ਆਪਾਂ ਨੂੰ ਦੇਖੋ ਇਨੀ ਗ੍ਰਾਮਰ ਆਪ ਨੂੰ ਆਉਂਦੀ ਹੁੰਦੀ ਆ ਵੀ ਉਹਦਾ ਫਰਸਟ ਵਰਡ ਜੋ ਹੈਗਾ ਕੈਪੀਟਲ ਆਊਗਾ ਨੈਕਸਟ ਇਟ ਦਾ ਐਕਟ ਆਫ ਇੰਡल्जਿੰਗ অর ਟੇਕਿੰਗ ਪਾਰਟ ਇਨ ਐਨ ਐਕਟੀਵਿਟੀ ਮੀਨਸ ਪਾਰਟਿਸਪੇਸ਼ਨ ਇਨ ਡੇਲੀ ਜਰਨਲਸ ਵੈਲਕਮਿੰਗ ਦੇਖੋ ਆ ਤਾਂ ਸਿੰਪਲ ਸੈਂਟੈਂਸ ਹੀ ਸੀਗਾ ਆਪਣੇ ਕੋਲ ਠੀਕ ਹੈ ਹੁਣ ਜਿਵੇਂ ਆ ਹੈਗਾ men's ਹੁਣ ਅਪੋਸਟ੍ਰੋਫੀ ਐਸ ਆਉਗਾ ਕਿ ਵੀ ਨਹੀਂ ਕਈ ਵਾਰ ਪਤਾ ਲੱਗਦਾ ਹੁਣ ਵੈਸੇ ਤਾਂ ਦੇਖੋ ਇਸ ਵਰਡ ਦੇ ਅਕੋਰਡਿੰਗ ਤਾਂ ਦੇਖਿਆ ਜਾਵੇ m e n ਪਲੂਰਲ ਹੋ ਜਾਂਦਾ ਹਨਾ m -E -N ta, bo, jigala, But, it's it's dekho, a n ਸਿੰਗੂਲਰ ਹੁੰਦਾ ਤਾਂ ਐਸ ਆਬਵੀਅਸਲੀ ਗੱਲ ਹੈ ਅਪੋਸਟ੍ਰੋਫੀ ਹੀ ਆਊਗਾ ਬਟ ਜਿਵੇਂ ਇਟਸ ਐਂਡ ਇਟਸ ਆਂ ਦਾ ਹੁੰਦਾ ਇੱਕ ਤਾਂ ਦੇਖੋ ਇਟਸ ਆ ਹੁੰਦਾ ਇੱਕ ਇਟ ਇਜ਼ ਨੂੰ ਆਪਾਂ ਜਦੋਂ ਇਦਾਂ ਲਿਖ ਦਿੰਨੇ ਆ ਜੇ ਇਹ ਆ ਜੇ ਜਾਂ ਇਸ ਤਰ੍ਹਾਂ ਦੇ ਕੋਈ ਹੋਰ ਵਰਡਸ ਆ ਜਾਣ ਜਿੱਤੇ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਐਸਪੋਸਟ੍ਰੋਫੀ ਚਾਹੀਏ ਵੈਸੇ ਆ ਤਾਂ ਦੋਨੋਂ ਟਾਈਪ ਕਰ ਦਿਆ ਕਰੋ ਠੀਕ ਹੈ ਆਪਣੇ ਕੋਲ ਅਥਾਰਟੀ ਹੈ ਆਪਾਂ ਲਿਖ ਸਕਦੇ ਆ ਤਾਂ ਉਸ ਚੀਜ਼ ਦਾ ਫਾਇਦਾ ਚੱਕਿਆ ਕਰੋ ਡਿਕਟੇਸ਼ਨਸ ਬਹੁਤ ਇੰਪੋਰਟੈਂਟ ਪਾਰਟ ਹੈਗਾ ਇਹਨੂੰ ਸੀਰੀਅਸਲੀ ਲੈ ਕੇ ਦੀ ਪ੍ਰੈਕਟਿਸ ਕਰਨੀ ਆਪਾਂ ਠੀਕ ਹੈ ਤਾਂ ਇਹਨਾਂ ਨੂੰ ਇਸ ਤਰੀਕੇ ਨਾਲ ਆਪਾਂ ਕਰਨਾ ਹੈ ਵੀ ਦੋਨੋਂ ਵਰਡਸ ਲਿਖ ਦੋ ਕੀ ਜਾਂਦਾ ਆਪਣਾ ਠੀਕ ਹੈ ਪੇਪਰ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਐਂਡ ਟਾਈਮ ਮੈਨੇਜਮੈਂਟ ਤੁਸੀਂ ਜ਼ਰੂਰ ਚੈਨਲ ਦੇ ਜਾ ਕੇ ਚੈੱਕ ਕਰੋ ਕਿੱਦਾਂ ਕਰਨੀ ਹੈ ਕਿਉਂਕਿ ਲਿਸਨਿੰਗ ਦੇ ਵਿੱਚ ਟਾਈਮ ਮੈਨੇਜਮੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ ਠੀਕ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਐ ਨਹੀਂ ਸੀਗਾ इस तु तो अलावा थोड़ा पीटी टी किसी भी मॉड्यूल किसी भी टास्क किसी भी क्वेश्चन रिगार्डिंग कोई भी प्रॉब्लम होमेंट सैक्शन के पछ सकते हो आप उससे भीडियो लेके आवेंगे बाकी अपने पीटी टी के रिगार्डिंग ग्रैमर रिगार्डिंग ऑलमोस्ट सारिया भीडिय सा अपने मैक्सोवरसीज के चैनल उत्तर है जाके चैक कर सद एंडोर ऑनलाइन एंड ऑफलाइन पी टी एंड आयल्स एंड जी टी कलासेज प्लीज़ मस्ट कंटैक्ट टू मैक्सोवरसीज थैंक यू सो मच